ਸਤਿ ਸ਼੍ਰੀ ਅਕਾਲ ਜੀ, ਦੇਸੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਤੇ 14 ਜੂਨ ਨੂੰ ਨਾ ਕੋਈ ਸਾਡੀ ਜਿੰਦ ਅਤੇ ਜਾਨ ਦੋਵੇਂ ਲੈਣ ਆ ਰਿਹਾ, ਅਤੇ ਕੌਣ ਆ ਰਿਹਾ ਤਾਂ ਤੁਸੀਂ ਆਪੇ ਦੇਖ ਲਓ। ਹਾਂਜੀ, ਕਿਵੇਂ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਟਾਇਰਡ ਜੀ ਲੱਗ ਰਹੇ ਹੋ। ਟਾਇਰਡ ਹੁਣ ਇੱਦਾਂ ਵੀ ਪ੍ਰਮੋਸ਼ਨ ਦੇ ਵਿੱਚ ਲੱਗੇ ਹੋਏ ਆ ਜੀ। ਸਵੇਰੇ ਸ਼ਾਮ ਸੌਂਦਾ ਘੱਟ ਆ, ਕੰਮ ਜ਼ਿਆਦਾ, ਇੱਧਰਲਾ ਪਾਸੇ ਜਾਣਾ, ਕਿਸੇ ਉਹ ਸ਼ਹਿਰ ਦੇ ਵਿੱਚ ਜਾਣਾ, ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਣਾ ਪੈਂਦਾ, ਤਾਂ ਇਸ ਕਰਕੇ ਪ੍ਰਮੋਸ਼ਨਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਥੋੜ੍ਹੇ ਜਿਹੇ ਟਾਇਰਡ ਹੈਗੇ। ਟਾਇਰਡ ਹੈਗੇ, ਚਲੋ ਵੈਲ, ਹੁਣ ਨਾ ਐਨਰਜੀ ਬਰਕਰਾਰ ਰਹਿਣੀ ਚਾਹੀਦੀ, ਥੋੜ੍ਹੇ ਦਿਨ ਰਹਿ ਗਏ ਫਿਲਮ ਰਿਲੀਜ਼ 'ਤੇ। ਵੈਲ, ਫਿਲਮ ਦੇ ਵਿੱਚ ਆਪਾਂ ਰਾਜਵੀਰ ਜਵਾਨਦੇ ਨੂੰ ਫਸਟ ਡੈਬਿਊ ਫਿਲਮ ਹੈ, ਆਪਾਂ ਪਿੱਛੇ ਜੀ ਸੂਬੇਦਾਰ ਜੋਗਿੰਦਰ ਸਿੰਘ ਜੀ 'ਤੇ ਛੋਟਾ ਜਿਹਾ ਕਿਰਦਾਰ ਦੇਖਿਆ ਸੀਗਾ, ਜਿਹਨੇ ਆਪਣੀ ਬਹੁਤ ਸੋਹਣੀ ਛਾਪ ਛੱਡੀ ਸੀਗੀ। ਅੱਜ ਜਿੰਨ ਜਾਨ ਤੁਸੀਂ ਲੈ ਕੇ ਆ ਰਹੇ ਹੋ, ਅਤੇ ਕਿੰਨੀਆਂ ਦੀ ਜਿੰਨ ਜਾਨ ਕੱਢਣੀ ਹੈ ਫਿਰ ਇਸ ਫਿਲਮ ਦੇ ਰਾਹੀਂ? ਦੇਖੋ ਜੀ, ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ, ਬਾਕੀ ਉਮੀਦ ਕਰਦੇ ਵੀ ਆਡੀਅੰਸ ਨੂੰ ਵਧੀਆ ਲੱਗੂਗੀ। ਪਹਿਲਾਂ ਸਾਡੇ ਗਾਣੇ ਆਉਂਦੇ, ਗਾਣਿਆਂ ਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸਾਡੇ ਪੰਜਾਬੀ ਭਰਾਵਾਂ ਨੇ, ਅਤੇ ਹੁਣ ਫਿਲਮਾਂ ਦਾ ਸਫ਼ਰ ਸ਼ੁਰੂ ਹੋਇਆ, ਅਤੇ ਉਮੀਦ ਕਰਦੇ ਵੀ ਫਿਲਮਾਂ ਨੂੰ ਵੀ ਇਸੇ ਤਰ੍ਹਾਂ ਹੀ ਪਿਆਰ ਮਿਲੂਗਾ। ਫਿਲਮ ਦੇ ਵਿੱਚ ਤੁਹਾਡਾ ਕਿੱਦਾਂ ਦਾ ਕਿਰਦਾਰ ਰਹੇਗਾ, ਕਿਉਂਕਿ ਟ੍ਰੇਲਰ ਤੋਂ ਤਾਂ ਪਤਾ ਚੱਲ ਰਿਹਾ ਕਿ ਉਹ ਜਿਵੇਂ ਇੱਕ ਸਿੰਗਿੰਗ 'ਤੇ ਤੁਹਾਡੇ ਨਾਲ ਜੁੜੀ ਹੈ ਟ੍ਰੇਲਰ ਦੇ ਵਿੱਚ? ਇੱਕ ਦੇਸੀ ਮੁੰਡਾ ਹੈ ਜੀ, ਪਿੰਡ ਦਾ ਰਹਿਣ ਵਾਲਾ ਮੁੰਡਾ, ਨਾਮ ਹੈਗਾ ਰਾਂਝਾ, ਰਾਂਝੇ ਦਾ ਕਰੈਕਟਰ ਆ, ਤੋ ਸੰਗੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਇੱਕ ਫੈਮਲੀ ਵਿਦੇਸ਼ 'ਚ ਰਹਿੰਦੀ ਹੈ, ਪਿੰਡ ਦਾ ਰਹਿਣ ਵਾਲਾ, ਵਿਦੇਸ਼ ਵਾਲੀ ਫੈਮਲੀ ਨੂੰ ਦੱਸਦਾ ਕਿ ਸਾਡਾ ਕਲਚਰ ਜਿਹੜਾ ਤੁਸੀਂ ਭੁੱਲ ਚੁੱਕੇ ਹੋ ਉਹਨੂੰ ਯਾਦ ਰੱਖਣਾ। ਰਾਂਝੇ ਨੂੰ ਹੀਰ ਮਿਲੂਗੀ, ਇਹ ਤੁਸੀਂ ਫਿਲਮ 'ਚ ਦੇਖੋਗੇ। ਫਿਲਮ ਦੇ ਵਿੱਚ ਸੋਹਣੇ ਸੋਹਣੇ ਗਾਣੇ ਤੁਹਾਡੀ ਆਵਾਜ਼ 'ਚ ਹੈਗੇ, ਅਤੇ ਜਾਂਦੇ ਜਾਂਦੇ ਆਪਣੇ ਫੈਨਸ ਲਈ ਗਾਣਾ ਹੋਊਗਾ। ਇੱਕ ਗਾਣਾ ਮੇਰਾ ਆਇਆ ਸੀਗਾ ਜੀ, ਹੁਣੇ ਥੋੜ੍ਹੇ ਦਿਨ ਪਹਿਲਾਂ, ਤੁਹਾਨੂੰ ਮੈਂ ਦੱਸਿਆ ਕਿ ਮੈਂ ਥੋੜ੍ਹਾ ਟਾਇਰਡ ਹਾਂ, ਮੈਂ ਉਦੋਂ ਬੋਲ ਕੇ ਤੁਹਾਨੂੰ ਦੱਸ ਦਿੰਦਾ। ਕਹਿੰਦਾ ਚੱਲਦੇ ਗੰਡਾਸਿਆਂ ਦੇ ਦੰਦ ਭੋਰ ਦੂੰ, ਤੇਰੇ ਵੱਲ ਆਉਂਦੇ ਸਾਰੇ ਹੱਥ ਮੋੜ ਦੂੰ, ਚੰਗੇ ਸਾਹ ਜਿੰਨਾ ਜ਼ੋਰ ਵਿੱਚ ਜੱਟਦੇ ਨਹੀਂ, ਇੱਕ ਪਾਸੇ ਲਾ ਦੂ ਦੁਨੀਆ, ਕਿਹੜੀ ਗੱਲ ਦਾ ਤੂੰ ਵਹਿਮ ਚੱਕੀ ਫਿਰਦੀ ਨਹੀਂ, ਗੱਭਰੂ ਹਿਲਾ ਦੂ ਦੁਨੀਆ। ਚਲੋ ਗੱਭਰੂ ਨਾ, ਹੁਣ 14 ਜੂਨ ਨੂੰ ਹਿਲਾਉਣ ਆ ਰਹੇ, ਅਤੇ ਤੁਸੀਂ ਸਾਰਿਆਂ ਨੇ ਰਾਜਵੀਰ ਦੇ ਜਿਵੇਂ ਕੰਗਣੀ ਤੋਂ ਰਾਜਵੀਰ ਦੀ ਪਹਿਚਾਣ ਪੂਰੀ ਦੁਨੀਆ 'ਚ ਬਣੀ ਪਈ ਹੈ, ਇੱਦਾਂ ਨਾ ਜਿੰਦ ਜਾਂਦੇ ਰਾਹੀਂ ਵੀ ਇਹਨਾਂ ਦੀ ਪਹਿਚਾਣ ਪੂਰੀ ਦੁਨੀਆ 'ਚ ਬਰਕਰਾਰ ਰੱਖਦੀ ਹੈ। ਅਤੇ ਅੱਜ ਇਹ ਨਾ ਹੀ ਜਲਦੀ ਹਾਜ਼ਰ ਹੋਵਾਂਗੇ ਜੀ ਨਵੀਂ ਅਪਡੇਟਸ ਨਾਲ। ਹੁੰਗਾਇਨ ਮਹਾਜਨ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਜੀ ਦੇਸੀ ਚੈਨਲ।